ਮੈਲਬਨ ਦੇਸੀ ਜੰਕਸ਼ਨ ਦੇਖ ਰਹੇ ਸਰੋਤਿਆਂ ਗੋਲਡ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਰ ਹਾਜ਼ਰ ਹਾਂ ਜੀ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ। ਅੱਜ ਮੈਂ ਲੈ ਕੇ ਆਇਆ ਜੀ ਤੁਹਾਡੇ ਵਾਸਤੇ ਟੋਫੂ ਫਿੰਗਰਸ। ਨੋਰਮਲੀ ਇਹ ਫਰਾਈਡ ਹੋ ਕੇ ਬਣਦੇ ਆ, ਪਰ ਕਿਉਂਕਿ ਅਸੀਂ ਹੈਲਦੀ ਰੈਸਪੀ ਬਣਾ ਰਹੇ ਹਾਂ, ਇਹਨੂੰ ਆਪਾਂ ਕਰਾਂਗੇ ਜੀ ਬੇਕ। ਇਹ ਬਹੁਤ ਹੀ ਹੈਲਦੀ ਹੈ ਜੀ, ਪ੍ਰੋਟੀਨ ਐਂਡ ਰਿਚ ਹੈਗੇ ਜੀ। ਤੁਹਾਨੂੰ ਮੈਂ ਦੱਸਦਾ ਜੀ ਇਹਦੇ ਵਿੱਚ ਕੀ ਇਨਗਰੀਡੀਅੰਟ ਪੈਣਗੇ ਅਤੇ ਇਹਨੂੰ ਕਿੱਦਾਂ ਪ੍ਰਿਪੇਅਰ ਕਰਨਾ ਜੀ। ਆ ਜਾਓ, ਟੋਫੂ ਫਿੰਗਰ ਬਣਾਉਣ ਵਾਸਤੇ ਮੈਂ ਯੂਜ਼ ਕਰ ਰਿਹਾ ਜੀ ਟੋਫੂ, ਇਹ ਲਿੱਤਾ ਜੀ ਮੈਂ 1/2 ਕਿਲੋ। ਆਟਾ ਇਹ ਲਿੱਤਾ ਜੀ ਮੈਂ 100 ਗ੍ਰਾਮ। ਬ੍ਰੈਡ ਕ੍ਰੰਬ ਲਿੱਤੇ ਆ ਜੀ 100 ਗ੍ਰਾਮ। ਕਾਲੀ ਮਿਰਚ ਟੇਸਟ ਅਨੁਸਾਰ, ਨਮਕ ਤੁਹਾਡੇ ਟੇਸਟ ਅਨੁਸਾਰ, ਅਤੇ ਉਸ ਤੋਂ ਬਾਅਦ ਅਖੀਰ 'ਚ ਆਪਾਂ ਲਿੱਤਾ ਜੀ ਔਰਗੈਨੋ, ਇਹ ਲਿੱਤਾ ਜੀ ਛੋਟਾ ਚਮਚਾ ਇੱਕ। ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹਨੂੰ ਕਿੱਦਾਂ ਪ੍ਰਿਪੇਅਰ ਕਰਨਾ ਅਤੇ ਇਹਨੂੰ ਕਿੱਦਾਂ ਕੁੱਕ ਕਰਨਾ। ਸਭ ਤੋਂ ਆਪਾਂ ਪਹਿਲਾਂ ਕੱਟ ਕਰਾਂਗੇ ਜੀ ਟੋਫੂ ਨੂੰ, ਕਿਉਂਕਿ ਆਪਾਂ ਟੋਫੂ ਫਿੰਗਰ ਬਣਾ ਰਹੇ ਹਾਂ ਅਤੇ ਇਹਨੂੰ ਆਪਾਂ ਫਿੰਗਰ ਸਾਈਜ਼ ਦੇ ਪੀਸਿਸ 'ਚ ਕੱਟ ਲਾਂਗੇ। ਟੋਫੀ ਤੋਂ ਸਾਡੇ ਤੋਂ ਫਿੰਗਰ ਸਾਈਜ਼ ਦੇ ਪੀਸਿਸ ਰੈਡੀ ਹੋ ਚੁੱਕੇ ਜੀ। ਇੱਕ ਵੱਡੀ ਬੋਲ ਦੇ ਵਿੱਚ ਆਪਾਂ ਆਟਾ ਪਾ ਕੇ ਉਹਦੇ ਵਿੱਚ ਐਡ ਕਰਾਂਗੇ ਜੀ ਆਪਾਂ ਪਾਣੀ, ਅਤੇ ਇਹਦੀ ਆਪਾਂ ਬਣਾ ਲਵਾਂਗੇ ਜੀ ਸਲਰੀ। ਨਾ ਇਹਨੂੰ ਆਪਾਂ ਜ਼ਿਆਦਾ ਪਤਲਾ ਰੱਖਣਾ ਅਤੇ ਨਾ ਜ਼ਿਆਦਾ ਇਹਨੂੰ ਗਾੜਾ ਰੱਖਣਾ। ਸਾਡੀ ਸਲਰੀ ਰੈਡੀ ਹੈ ਜੀ। ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸੋਲਟ ਆਪਣੇ ਟੇਸਟ ਅਨੁਸਾਰ, ਕਾਲੀ ਮਿਰਚ ਟੇਸਟ ਅਨੁਸਾਰ। ਆਪਾਂ ਜਿਹੜਾ ਔਰਗੈਨੋ ਲਿੱਤਾ ਸੀ ਜੀ ਇਹ ਪੂਰਾ ਤੋਂ ਪੂਰਾ ਇਹ 'ਚ ਯੂਜ਼ ਕਰਾਂਗੇ ਅਤੇ ਇਹਨੂੰ ਮਿਕਸ ਕਰ ਲਾਂਗੇ। ਸਾਡਾ ਮਿਕਸਚਰ ਰੈਡੀ ਹੈ ਜੀ। ਇਹਨੂੰ ਹੁਣ ਰੱਖਾਂਗੇ ਸਾਈਡ 'ਤੇ। ਇੱਕ ਹੋਰ ਬੋਲ ਲੈ ਕੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣੇ ਬ੍ਰੈਡ ਕ੍ਰੰਬਸ। ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਸੋਲਟ ਐਡ ਕਰ ਲਾਂਗੇ। ਥੋੜ੍ਹੀ ਜਿਹੀ ਚੈਰ ਕਰਾਂਗੇ ਜੀ ਆਪਣੀ ਕਾਲੀ ਮਿਰਚ। ਅਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਸਾਡੇ ਆਟੇ ਦੀ ਸਲਰੀ ਅਤੇ ਸਾਡੇ ਬ੍ਰੈਡ ਕ੍ਰੰਬਸ ਰੈਡੀ ਆ ਜੀ। ਹੁਣ ਤੁਹਾਨੂੰ ਦਿਖਾਉਣਾ ਜੀ ਨੈਕਸਟ ਸਟੈਪ। ਕੱਟੇ ਹੋਏ ਟੋਫੂ ਨੂੰ ਇੱਕ ਇੱਕ ਪੀਸ ਲੈ ਕੇ ਆਪਾਂ ਆਟੇ ਦੇ ਵਿੱਚ ਰੋਲ ਕਰਾਂਗੇ, ਉਸ ਤੋਂ ਬਾਅਦ ਬ੍ਰੈਡ ਕ੍ਰੰਬ ਦੇ ਵਿੱਚ ਸਾਰਾ ਸਾਰਾ ਉਹਨੂੰ ਕੋਟ ਕਰ ਲਾਂਗੇ। ਇਕੱਲੇ ਇਕੱਲੇ ਪੀਸ ਨੂੰ ਕੋਟ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਰੱਖਾਂਗੇ ਜੀ ਇੱਕ ਬੇਕਿੰਗ ਟ੍ਰੇ ਦੇ ਵਿੱਚ। ਟੋਫੂ ਫਿੰਗਰ ਰੈਡੀ ਹੈ ਜੀ ਬੇਕ ਕਰਨ ਵਾਸਤੇ। ਹੁਣ ਇਹਨੂੰ ਆਪਾਂ ਪ੍ਰੀ ਹੀਟ ਕੀਤੇ ਹੋਏ 200 ਡਿਗਰੀ ਓਵਨ ਦੇ ਉੱਤੇ 20 ਤੋਂ 25 ਮਿੰਟ ਨੂੰ ਕਰਾਂਗੇ ਜੀ ਬੇਕ। ਅਰਾਊਂਡ 25 ਮਿੰਟ ਦੀ ਬੇਕਿੰਗ ਤੋਂ ਬਾਅਦ ਜੀ ਸਾਡੇ ਟੋਫੂ ਫਿੰਗਰਸ ਰੈਡੀ ਆ ਜੀ।
ਮੈਂ ਇਹਨੂੰ ਸਰਵ ਕਰ ਰਿਹਾ ਜੀ ਪੁਦੀਨੇ ਦੇ ਚਟਨੀ ਨਾਲ, ਤੁਸੀਂ ਆਪਣੇ ਮਨਪਸੰਦ ਦੀ ਸੌਸ ਦੇ ਨਾਲ ਚਟਨੀ ਦੇ ਨਾਲ ਇਹਨੂੰ ਖਾ ਸਕਦੇ ਹਾਂ ਜੀ। ਜੇ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਅੱਗੇ ਤੋਂ ਅੱਗੇ ਸ਼ੇਅਰ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵਾਸਤੇ ਨਵੇਂ ਤੋਂ ਨਵੀਆਂ ਮੈਂ ਰੈਸਪੀਆਂ, ਨਵੇਂ ਤੋਂ ਨਵੇਂ ਵੀਡੀਓ ਲੈ ਕੇ ਆਉਂਦਾ ਰਹਾਂ ਜੀ। ਜਿੰਦੇ ਵਸਦੇ ਰਹੋ, ਰੱਬ ਰੱਖਾ।